ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 100 ਪੀਵੀਓ ਕੱਪ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਦੀ ਵੀਡੀਓ ਸੱਜਣੋਂ ਬਹੁਤ ਖਾਸ ਹੋਣ ਵਾਲੀ ਆ ਵੀਡੀਓ ਦਾ ਟਾਪਿਕ ਹੈਗਾ Samsung S23 Ultra ਤੇ iPhone 15 Pro Max ਸੋ ਇਹਨਾਂ ਦੋਨਾਂ ਦਾ ਕੰਪੈਰੀਜ਼ਨ ਕਰਾਂਗੇ ਆਪਾਂ ਕੈਮਰਾ ਕੰਪੈਰੀਜ਼ਨ ਹਨਾ ਤੇ ਕੈਮਰੇ ਦਾ ਮੁਕਾਬਲਾ ਹੋਊਗਾ ਉਹਦੇ ਵਿੱਚ ਆਪਾਂ ਪੋਰਟਰੇਟ ਤੋਂ ਲੈ ਕੇ ਡਾਇਨਾਮਿਕ ਰੇਂਜ ਤੱਕ ਤੇ ਲੋ ਲਾਈਟ ਦੀ ਵੀਡੀਓ ਤੋਂ ਲੈ ਕੇ ਪੋਰਟਰੇਟ ਵੀਡੀਓ ਸਾਰਾ ਕੁਝ ਗੈਣ ਦੀ ਕੋਸ਼ਿਸ਼ ਕੀਤੀ ਆ ਸੋ ਵੀਡੀਓ ਸਾਰੀ ਦੇਖਣੀ ਆ ਉਮੀਦ ਆ ਤੁਹਾਨੂੰ ਵਧੀਆ ਲੱਗੂਗੀ ਕਾਫੀ ਸਿੰਪਲ ਆਪਾਂ ਇਕੱਠੇ ਕੀਤੇ ਆ ਕਾਫੀ ਨੂਨ ਨੇ ਇਕੱਠੇ ਕੀਤੇ ਆ ਤੇ ਅ ਤੁਸੀਂ ਵੀਡੀਓ ਸਾਰੀ ਦੇਖਣੀ ਆ ਐਂਡ ਤੱਕ ਲਾਈਕ ਕਰ ਦਿਓ ਚੈਨਲ ਆਪਣਾ ਚੇਤੇ ਨਾਲ ਸਬਸਕ੍ਰਾਈਬ ਕਰ ਲਓ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਸ਼ੇਅਰ ਕਰ ਦਿਓ ਸਪੋਰਟ ਕਰੋ ਵੱਧ ਤੋਂ ਵੱਧ ਤੇ ਚਲੋ ਆਪਾਂ ਕਰਦੇ ਆਂ ਵੀਡੀਓ ਸਟਾਰਟ ਜੇ ਕੋਈ ਤੁਹਾਡਾ ਸਵਾਲ ਹੋਵੇ ਜਾਂ ਥੱਲੇ ਕਮੈਂਟਾਂ 'ਚ ਪੁੱਛ ਲਓ ਤੇ ਜਾਂ ਫਿਰ ਆਪਣਾ ਇੰਸਟਾਗ੍ਰਾਮ ਤੇ ਮੈਸੇਜ ਕਰ ਲਿਓ ਤੇ ਇੰਸਟਾਗ੍ਰਾਮ ਦਾ ਲਿੰਕ ਆ ਜਿਹੜਾ ਅਸੀਂ ਡਿਸਕ੍ਰਿਪਸ਼ਨ 'ਚ ਪਿਆ ਚਲੋ ਜੀ ਆਪਾਂ ਸ਼ੁਰੂਆਤ ਕਰਦੇ ਆਂ ਪ੍ਰਾਈਮ ਲੈਂਸ ਨਾਲ ਖਿੱਚੀ ਹੋਈ ਡੇ ਲਾਈਟ ਫੋਟੋ ਦਿਓ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਡਾਇਨਾਮਿਕ ਰੇਂਜ ਆ ਜਿਹੜੀ ਉਹ ਮੇਰਾ ਖਿਆਲ ਇੱਕੋ ਇੱਕੋ ਜਿਹੀ ਕੈਪਚਰ ਕੀਤੀ ਆ ਤੇ ਫੋਟੋ ਕਾਫੀ ਠੀਕ ਆ শারਪ ਆ ਪਰ ਇੱਥੇ ਆਈਫੋਨ ਕੋਲ ਇੱਕ ਐਡਵਾਂਟੇਜ ਇਹ ਮਿਲਦੀ ਆ ਕਿ ਜਦੋਂ ਆਪਾਂ ਡਿਫਾਲਟ ਦੇ ਵਿੱਚ ਫੋਟੋ ਖਿੱਚਦੇ ਆ ਤੇ ਆਈਫੋਨ 24 ਮੈਗਾਪਿਕਸਲ ਦੀ ਖਿੱਚਦਾ ਤੇ ਸੈਮਸੰਗ 12 ਮੈਗਾਪਿਕਸਲ ਦੀ ਖਿੱਚਦਾ ਸੋ ਉੱਥੇ ਆਈਫੋਨ ਕੋਲ ਇੱਕ ਐਡਵਾਂਟੇਜ ਹਾਂ ਸੈਮਸੰਗ ਨੂੰ ਤੁਸੀਂ ਉਸ ਤੋਂ ਬਾਅਦ 15 50 ਤੇ ਕਰ ਸਕਦੇ ਆ ਫਿਰ 200 ਮੈਗਾਪਿਕਸਲ ਤੇ ਵੀ ਕਰ ਸਕਦੇ ਆ ਜਿੱਥੇ ਸੈਮਸੰਗ ਅੱਗੇ ਨਿਕਲ ਜਾਂਦਾ ਪਰ ਡਿਫਾਲਟ ਦੇ ਵਿੱਚ ਜਿਹੜਾ ਆਈਫੋਨ ਆ ਉਹ ਅੱਗੇ ਆ ਤੇ ਅਗਲੀ ਗੱਲ ਫਿਰ ਪ੍ਰਾਈਮ ਫੋਟੋ ਦੀ ਕਰੀਏ ਤਾਂ ਬਾਬਿਓ ਕੁਆਲਿਟੀ ਘੈਂਟ ਆ ਕਲਰ ਬਹੁਤ ਘੈਂਟ ਕੈਪਚਰ ਕੀਤਾ ਜਦੋਂ ਜ਼ੂਮ ਕਰਕੇ ਦੇਖਦੇ ਆ ਆਪਣਾ ਪਤਾ ਲੱਗਦਾ ਕਿ ਜਿਹੜੀ ਆਈਫੋਨ ਦੀ ਫੋਟੋ ਆ ਉਹਦੀ ਕੁਆਲਿਟੀ ਥੋੜੀ ਜੀ ਜਿਆਦਾ ਘੈਂਟ ਆ ਕਿਉਂਕਿ ਉਹੀ 20 ਮੈਗਾਪਿਕਸਲ ਵਾਲਾ ਸੀ ਨਾ ਫਿਰ ਅਗਲੀ ਫੋਟੋ ਮੇਨ ਕੈਮਰੇ ਨਾਲ ਹੀ ਖਿੱਚੀ ਹੋਈ ਆ ਤੇ ਇੱਥੇ ਵੀ ਮਤਲਬ ਤਕਰੀਬਨ ਤਕਰੀਬਨ ਇੱਕੋ ਜੀਆਂ ਫੋਟੋਆਂ ਨੇ Samsung ਦੀ ਫੋਟੋ ਥੋੜੀ ਜੀ ਜ਼ਿਆਦਾ ਕਲਰ ਜਿਹੜੇ ਉਹ ਸੈਚੂਰੇਟ ਆ ਹਨਾ ਹੋਰ ਕੋਈ ਫਰਕ ਖਾਸ ਹੈ ਨਹੀਂਗਾ ਤੇ ਅਗਲੀ ਫੋਟੋ ਫੇਰ ਜਿਹੜੀ ਮੇਨ ਕੈਮਰੇ ਦੇ ਵਿੱਚ ਖਿੱਚੀ ਗਈ ਆ ਡੇ ਲਾਈਟ ਦੇ ਵਿੱਚ ਤੇ ਇੱਥੇ ਮੈਂ ਕਹੂੰਗਾ Samsung ਦੀ ਫੋਟੋ ਆ ਜਿਹੜੀ ਜ਼ਿਆਦਾ ਓਵਰ ਸ਼ਾਰਪ ਲੱਗ ਰਹੀ ਹੈ ਜਦੋਂ ਆਪਾਂ ਘਾਹ ਨੂੰ ਦੇਖਦੇ ਆਂ ਪਰ ਜਦੋਂ ਅੱਗੇ ਆਪਾਂ ਘਰਾਂ ਨੂੰ ਦੇਖਦੇ ਆਂ ਉੱਥੇ Samsung ਦੀ ਫੋਟੋ ਘੈਂਟ ਲੱਗ ਰ ਬਦਲੋ ਸੌਫਟ ਜੀ ਲੱਗ ਰਹੀ ਆ ਹਨਾ ਉੱਥੇ ਤੇ ਜਿਹੜਾ ਘਾਹ ਹੋ ਗਿਆ ਚਾਹੇ ਜਾਂ ਸੜਕ ਹੋ ਗਈ ਇਹ ਮੇਰਾ ਖਿਆਲ ਆ ਆਈਫੋਨ ਨੇ ਜਾਦੇ ਕੈਂਡ ਕੈਪਚਰ ਕੀਤੇ ਆ ਤੇ ਅਗਲੀ ਫੋਟੋ ਦੇ ਵਿੱਚ ਡਾਇਨਾਮਿਕ ਰੇਂਜ ਦੇਖੀਏ ਤਾਂ ਮੈਂ ਸਾਹਮਣੇ ਸੂਰਜ ਦੀ ਫੋਟੋ ਖਿੱਚੀ ਸੀਗੀ ਦਰਖਤਾਂ ਦੇ ਵਿੱਚ ਦੀ ਤੇ ਇੱਥੇ ਤਕਰੀਬਨ ਤਕਰੀਬਨ ਇੱਕੋ ਜੀ ਫੋਟੋ ਆਈ ਆ ਸੈਮਸੰਗ ਦੀ ਥੋੜੀ ਜੀ ਡਾਇਨਾਮਿਕ ਰੇਂਜ ਇੱਥੇ ਹਾਈ ਲੱਗਦੀ ਆ ਆਈਫੋਨ ਦੀ ਥੋੜੀ ਜੀ ਡਾਇਨਾਮਿਕ ਰੇਂਜ ਘੱਟ ਲੱਗਦੀ ਆ ਤੇ ਬਾਕੀ ਉਦਾਂ ਬੈਲੈਂਸ ਜਿਆ ਕੰਮ ਆ ਇਹ ਵੀ ਸਾਰੀਆਂ ਫੋਟੋਆਂ ਪ੍ਰਾਈਮ ਲੈਂਸ ਤੇ ਆ ਹਲੇ ਤੇ ਇੱਥੇ ਬਾਬਿਓ ਕਲੀਅਰਲੀ ਸੈਮਸੰਗ ਅੱਗੇ ਨਿਕਲ ਜਾਂਦਾ ਡਾਇਨਾਮਿਕ ਰੇਂਜ ਸੈਮਸੰਗ ਦੀ ਕਾਫੀ ਹਾਈ ਆ ਮਤਲਬ ਘਰਾਂ ਨੂੰ ਕਾਫੀ ਉਹਨੇ ਬੈਲੈਂਸ ਰੱਖ ਕੇ ਕੈਪਚਰ ਕੀਤਾ ਤੇ ਉੱਪਰੋਂ ਜਿੱਥੇ ਸੂਰਜ ਚਮਕ ਰਿਹਾ ਸੀ ਬੱਦਲਾਂ ਵਿੱਚੋਂ ਉਹ ਵੀ ਜਗ੍ਹਾ ਉਹਨੇ ਵਧੀਆ ਕੈਪਚਰ ਕੀਤੀ ਆ ਹਨਾ ਸੋ ਇੱਥੇ ਪੁਆਇੰਟ ਜਾਂਦਾ Samsung ਨੂੰ ਤੇ ਅਗਲੀ ਫੋਟੋ ਫੇਰ ਇੱਕ ਤਰ੍ਹਾਂ ਦੀ ਡਾਇਨਾਮਿਕ ਰੇਂਜ ਵਾਲੀ ਵੀ ਸੀਗੀ ਮਤਲਬ ਮੈਂ ਉਪਰੋਂ ਚਮਕਦੇ ਅਸਮਾਨ ਦੀ ਚਮਕਦੇ ਬੱਦਲਾਂ ਦੀ ਫੋਟੋ ਖਿੱਚੀ ਸੀਗੀ ਤੇ ਉਹਦੇ ਵਿੱਚ ਵੀ ਇਹਨੇ ਘੱਟ ਵਧੀਆ ਸੋਹਣੇ ਕੈਪਚਰ ਕੀਤੇ ਆ Samsung ਨੇ iPhone ਨੇ ਥੋੜੀ ਜਿਹੀ ਡਾਰਕ ਕੈਪਚਰ ਕੀਤੇ ਤੇ ਬੱਦਲ ਵੀ ਥੋੜੀ ਜਿਹੀ ਮਤਲਬ ਡਾਰਕ ਜੇ ਕਰਤੇ ਹਨਾ Samsung ਦੀ ਡਿਟੇਲਿੰਗ ਕਾਫੀ ਹੈ ਮਤਲਬ ਸੋ ਇਹ ਸੀਗੀਆਂ ਪ੍ਰਾਈਮ ਕੈਮਰੇ ਦੀਆਂ ਪ੍ਰਾਈਮ ਕੈਮਰੇ ਦੇ ਵਿੱਚ ਬੈਲੈਂਸ ਜਿਹੜਾ ਰਿਹਾ ਕੰਮ ਕਈ ਜਗ੍ਹਾ ਤੇ iPhone ਵੀ ਵਧੀਆ ਰਿਹਾ ਮਤਲਬ ਜਦੋਂ ਆਪਾਂ ਫੋਟੋ ਨੂੰ ਕ੍ਰੋਪ ਕਰਕੇ ਦੇਖਣਾ ਹੋ ਤੇ ਪਰ ਡਾਇਨਾਮਿਕ ਰੇਂਜ ਮੈਨੂੰ ਲੱਗਿਆ ਥੋੜੀ ਜੀ Samsung ਦੀ ਜ਼ਿਆਦਾ ਘੈਂਟ ਆ ਫੋਟੋ ਦੇ ਮਾਮਲੇ 'ਚ ਹੁਣ ਗੱਲ ਕਰਦੇ ਆਂ ਅਲਟਰਾ ਵਾਈਡ ਦੀ ਤੇ ਅਲਟਰਾ ਵਾਈਡ ਦੀ ਪਹਿਲੀ ਫੋਟੋ ਬਾਬੇ ਮੈਨੂੰ ਦੋਨੀਆਂ ਹੀ ਫੋਟੋਆਂ ਤਕਰੀਬਨ ਕੋਜੀਆਂ ਹੀ ਲੱਗੀਆਂ ਕੋਈ ਖਾਸ ਫਰਕ ਲੱਗਿਆ ਨਹੀਂ ਇੱਥੇ ਹਾਂ ਉਹੀ ਗੱਲ ਆ ਵੀ ਸੈਮਸੰਗ ਦੇ ਜਿਹੜੇ ਰੰਗ ਆ ਥੋੜੀ ਜਿਹੀ ਜ਼ਿਆਦਾ ਢਕੀਲੇ ਜੇ ਹੁੰਦੇ ਆ ਹੋਰ ਕੋਈ ਫਰਕ ਐ ਨਹੀਂ ਹਣਾ ਡਾਇਨਾਮਿਕ ਰੇਂਜ ਦੀ ਗੱਲ ਕਰੀਏ ਤਾਂ ਡਾਇਨਾਮਿਕ ਰੇਂਜ ਦੇ ਵਿੱਚ ਅਲਟਰਾ ਵਾਈਡ ਦੇ ਵਿੱਚ ਫੇਰ ਸੈਮਸੰਗ ਮਤਲਬ ਕਲੀਅਰ ਅੱਗੇ ਨਿਕਲ ਜਾਂਦਾ ਜੋ ਘਰਾਂ ਦੀ ਉਹਨੇ ਜਿਹੜੀ ਸ਼ੈਡੋ ਆ ਉਹਨੂੰ ਮੇਨਟੇਨ ਕੀਤਾ ਤੇ ਬੱਦਲਾਂ ਦੀ ਹਾਈਲਾਈਟ ਨੂੰ ਮੇਨਟੇਨ ਕੀਤਾ ਹਣਾ ਸੈਮਸੰਗ ਨੇ ਬੜਾ ਵ ਲਗਦੀ ਆ ਮਤਲਬ ਰੰਗ ਜਿਆਦਾ ਨੇਚੁਰਲ ਲੱਗਦੇ ਆ Samsung ਦੇ ਥੋੜੇ ਜੇ ਮਤਲਬ ਜਿਆਦਾ ਢਕੀਲੇ ਜਿ ਲੱਗਦੇ ਆ ਅਗਲੀ ਗੱਲ ਆ ਜਾਂਦੀ ਆ ਟੈਲੀ ਫੋਟੋ ਦੀ ਤੇ ਟੈਲੀ ਫੋਟੋ ਦੇ ਵਿੱਚ ਫਰਕ ਬਾਬੇ ਉਹੀ ਆ ਜਿਹੜਾ ਮੈਕਸਿਮਮ ਟੈਲੀ ਫੋਟੋ ਹੁੰਦਾ ਆ ਆਪਾਂ ਉਹਦੀ ਗੱਲ ਕਰਦੇ ਆ ਫਰਕ ਉਹੀ ਆ ਕਿ Samsung ਦੇ ਵਿੱਚ ਆਪਾਂ ਨੂੰ 10 ਗੁਣਾ ਮਿਲਦਾ ਆ iPhone ਦੇ ਵਿੱਚ 5 ਗੁਣਾ ਮਿਲਦਾ ਸੋ ਥੋੜੀ ਆ ਆਪਦੀ ਚੁਆਇਸ ਹੋ ਸਕਦੀ ਆ ਤੁਹਾਨੂੰ ਕਿਹੜਾ ਵਧੀਆ ਲੱਗਦਾ ਰੰਗ ਤਕਰੀਬਨ ਤਕਰੀਬਨ ਇੱਕੋ ਜਿਹਾ Samsung ਦੇ ਤੁਹਾਨੂੰ ਪਤਾ ਆ ਥੋੜੇ ਜੇ ਜਿਆਦੇ ਹੁੰਦੇ ਆ ਸੈਚੂਰੇਟ ਹੋਰ ਕੋਈ ਖਾਸ ਫਰਕ ਹੈ ਨੀਗਾ ਤੇ ਡਾਇਨਾਮਿਕ ਰੇਂਜ ਜਾਂ ਉਦਾਂ ਕਲਰ ਦੇਖਿਆ ਜਾਵੇ ਹਨਾ ਬੈਲੈਂਸ ਜਾਂ ਕੰਮ ਦੋਨਾਂ ਦਾ ਤੇ 3x ਜ਼ੂਮ ਦੀ ਗੱਲ ਕਰੀਏ ਤਾਂ 3x ਦੇ ਵਿੱਚ Samsung ਦੀ ਫੋਟੋ ਜਿਆਦਾ ਕੈਂਟ ਆਉਂਦੀ ਹੈ ਕਿਉਂਕਿ Samsung ਦੇ ਵਿੱਚ ਇੱਕ ਮਤਲਬ ਡੈਡੀਕੇਟਿਡ ਲੱਗਿਆ ਹੋਇਆ 3x ਜ਼ੂਮ ਲੈਂਸ ਹਨਾ iPhone ਆ ਜਿਹੜਾ ਉਹ ਜਿਹੜਾ 1x ਆ ਉਸੇ ਨੂੰ 3x ਤੱਕ ਜ਼ੂਮ ਕਰਕੇ ਫਿਰ ਫੋਟੋ ਖੱਚੇਦਾ ਤੇ ਫਿਰ ਗੱਲ ਕਰ ਲਈ ਆਪਾਂ 5x ਦੀ 5x ਦੇ ਵਿੱਚ iPhone ਅੱਗੇ ਨਿਕਲ ਜਾਂਦਾ ਕਿਉਂਕਿ iPhone ਦੇ ਵਿੱਚ ਡੈਡੀਕੇਟਿਡ ਜ਼ੂਮ ਲੈਂਸ ਲੱਗੇ ਹੋਇਆ Samsung ਆ ਜਿਹੜਾ 3x ਨੂੰ ਉਹ ਕ੍ਰੋਪ ਕਰਦਾ ਵਾ 5x ਤੱਕ ਸੋ ਤੇ ਉਸ ਤੋਂ ਬਾਅਦ ਗੱਲ ਕਰੀਏ 10x ਦੀ 10x ਦੇ ਵਿੱਚ ਫੇਰ Samsung ਅੱਗੇ ਨਿਕਲ ਜਾਂਦਾ ਕਿਉਂਕਿ Samsung ਦੇ ਵਿੱਚ 10x ਨਾੜਾ ਡੈਡੀਕੇਟਿਡ ਜ਼ੂਮ ਲੈਂਸ ਲੱਗਿਆ ਹੋਇਆ ਪੈਰੀਸਕੋਪ ਜ਼ੂਮ ਲੈਂਸ ਤੇ iPhone ਜਿਹੜਾ ਉਹ 5x ਨੂੰ 10x ਤੱਕ ਕ੍ਰੋਪ ਕਰਦਾ ਸੋ ਇਹ ਫਰਕ ਆਉਂਦਾ ਬਾਕੀ ਤੁਸੀਂ ਆਪਦੀ ਲੋੜ ਮੁਤਾਬਕ ਦੇਖ ਸਕਦੇ ਆ ਪਰ ਮੈਂ ਇੱਕ ਚੀਜ਼ ਨਿੱਜੀ ਤੌਰ ਤੇ ਕਹਿਣਾ ਕਿ iPhone ਦਾ 5x ਜਿਆਦਾ ਵਰਤੋਂ ਦੇ ਵਿੱਚ ਆਉਂਦਾ Samsung ਦੇ 10x ਨਾਲੋਂ ਤੇ ਕਿਉਂਕਿ 10x ਦੇ ਬੰਦਾ ਕਿੰਨੀ ਕੁ ਜ਼ੂਮ ਕਰ ਕਰ ਫੋਟੋ ਖਿੱਚ ਲੂ ਇੱਕ ਟਾਈਮ ਨੂੰ ਵੱਕ ਜਾਂਦਾ ਹਨ ਜਿਹੜਾ ਆਈਫੋਨ ਦਾ 5x ਆ ਵੀਡੀਓ ਦੇ ਵਿੱਚ ਵੀ ਫੋਟੋ ਦੇ ਵਿੱਚ ਵੀ ਉਹ ਮੇਰੇ ਹਿਸਾਬ ਨਾਲ ਜ਼ਿਆਦਾ ਕੰਮ ਆਉਂਦਾ ਤੇ ਗੱਲ ਕਰ ਲਈਏ ਮਾਈਕਰੋ ਸ਼ਾਟ ਦੀ ਤਾਂ ਮਾਈਕਰੋ ਸ਼ਾਟ ਦੋਨਾਂ ਹੀ ਫੋਨਾਂ ਨੇ ਵਧੀਆ ਇੱਕੋ ਇੱਕੋ ਜਿਹੇ ਜੇ ਤਕਰੀਬਨ ਕੈਪਚਰ ਕੀਤੇ ਆ ਸੈਮਸੰਗ ਦੇ ਥੋੜੇ ਜਿਹਾ ਜ਼ਿਆਦਾ ਕਲਰ ਚੱਕਵੇਂ ਆ ਤੇ ਆਈਫੋਨ ਦੇ ਥੋੜੇ ਜਿਹਾ ਮਤਲਬ ਜਿਹੜਾ ਅਸਲ ਦੇ ਵਿੱਚ ਰੰਗ ਸੀਗਾ ਉਹਦੇ ਨਾਲ ਨੂੰ ਆ ਹੋਰ ਕੋਈ ਖਾਸ ਫਰਕ ਹੈ ਨਹੀਂਗਾ ਪਰ ਜਿਹੜੀ ਆ ਅਗਲੀ ਫੋਟੋ ਆ ਇਹਦੇ ਵਿੱਚ ਬਹੁਤ ਫਰਕ ਆਉਂਦਾ ਇਹਦੇ ਵਿੱਚ Samsung ਦੀ ਫੋਟੋ ਹੈ ਜਿਹੜੀ ਬਹੁਤ ਜ਼ਿਆਦਾ ਦੇਖਣ ਨੂੰ ਘੈਂਟ ਲੱਗਦੀ ਆ ਤੇ ਆਈਫੋਨ ਨੇ ਜਿੱਦਾਂ ਦਾ ਫੋਟੋ ਦਿਖਾਇਆ ਇਦਾਂ ਦਾ ਫੋਟੋ ਹੈ ਨਹੀਂ ਸੀਗਾ ਅਸਲ ਦੇ ਵਿੱਚ ਜਿੱਦਾਂ ਦਾ ਸੈਮਸੰਗ ਨੇ ਦਿਖਾਇਆ ਤਕਰੀਬਨ ਤਕਰੀਬਨ ਇਦਾਂ ਦਾ ਫੋਟੋ ਸੀ ਆਈਫੋਨ ਨੇ ਪਤਾ ਨਹੀਂ ਇੱਥੇ ਰੰਗ ਜਾਂ ਬਦਲਦ ਬਣਾਣੀ ਕੀ ਚੱਕਰਾ ਤੇ ਸੈਮਸੰਗ ਦੀ ਫੋਟੋ ਜਿਆਦਾ ਕਲੀਅਰ ਆ ਮਾਈਕਰੋ ਸ਼ਾਟ ਸੈਮਸੰਗ ਦਾ ਬਹੁਤ ਜਿਆਦਾ ਕਲੀਅਰ ਆ ਆਈਫੋਨ ਨਾਲੋਂ ਹਣਾ ਅਗਲੀ ਗੱਲ ਬਾਬੇ ਪੋਰਟਰੇਟ ਦੀ ਜਿਹੜਾ 1x ਪੋਰਟਰੇਟ ਆ ਉਹਦੇ ਵਿੱਚ ਦੋਨੇ ਫੋਟੋਆਂ ਖਿੱਚੀਆਂ ਨੇ ਦੋਨਾਂ ਫੋਟੋਆਂ ਵਿੱਚ ਮਤਲਬ ਉਹਨਾਂ ਨੇ ਵਧੀਆ ਕੰਮ ਕੀਤਾ ਪਰ ਇੱਥੇ ਜਿਹੜੇ ਸੈਮਸੰਗ ਨੇ ਜਿਹੜੇ ਬੱਦਲ ਸੀਗੇ ਉਹ ਜਿਆਦਾ ਹੀ ਤੇ ਉਥੇ ਆਈਫੋਨ ਨੇ ਦੇਖਿਆ ਜਾਵੇ ਤਾਂ ਉਹ ਕੰਮ ਕਾਫੀ ਬੈਲੈਂਸ ਤੇ ਰੱਖਿਆ ਐ ਸੈਮਸੰਗ ਥੋੜੀ ਜਿਹੀ ਕਲਰ ਜਿਆਦੇ ਹਿਊਮਨ ਸਕਿਨ ਦੇ ਵੀ ਮਤਲਬ ਜਿਆਦੇ ਹਨਾ ਥੋੜੀ ਜਿਹੀ ਚੱਕ ਦਿੰਦਾ ਗੂਰਾ ਜਿਹਾ ਕਰ ਦਿੰਦਾ ਬੰਦੇ ਨੂੰ ਆਈਫੋਨ ਆ ਜਿਹੜਾ ਥੋੜਾ ਜ੍ਹਾ ਜਿੱਦਾਂ ਦਾ ਰੰਗ ਹੁੰਦਾ ਉਦਾਂ ਜਿਹਦਾ ਹੀ ਬਣ ਕੇ ਆਉਂਦਾ ਹੀ ਫੋਨ ਦੇ ਵਿੱਚ ਅਗਲੀ ਗੱਲ ਬਾਬੇ ਉਹ 2x ਪੋਰਟਰੇਟ ਦੀ ਉਥੇ ਵੀ ਉਹੀ ਚੀਜ਼ ਫੇਰ ਤੋਂ ਰਿਪੀਟ ਹੋ ਜਾਂਦੀ ਆ ਕਿ ਆਈਫੋਨ ਦੇ ਜਿਹੜੇ ਬੱਦਲ ਆ ਉਹ ਜਿਆਦੇ ਮਤਲਬ ਕਲੀਅਰ ਜਿਹੀ ਦਿਸਦੇ ਆ ਹਾਈਲਾਈਟ ਨੂੰ ਵਧੀਆ ਮੇਨਟੇਨ ਕੀਤਾ Samsung ਨੇ ਥੋੜੀ ਜਿਹੀ ਹਾਈਲਾਈਟ ਘੱਟ ਮੇਨਟੇਨ ਕੀਤੀ ਆ ਤੇ Samsung ਨੇ ਜਿਹੜੇ ਆਪਣੇ ਆਪਣੀ ਜਿਹੜੀ ਚਮੜੀ ਦਾ ਰੰਗ ਹੁੰਦਾ ਹਨਾ ਉਹ ਵੀ ਥੋੜਾ ਜਿਹਾ ਚਮਕਾ ਜਿਹਾ ਦਿੱਤਾ iPhone ਨੇ ਥੋੜਾ ਜਿਹਾ ਨੇਚਰਲ ਰੱਖਿਆ ਬਸ ਇਹੀ ਪਰਕਾ ਬਾਕੀ ਐਜੀ ਡਿਟੈਕਸ਼ਨ ਬਹੁਤ ਵਧੀਆ ਚੱਕੀਆ ਦੋਨਾਂ ਫੋਨਾਂ ਨੇ ਤੇ 2x ਤੇ ਵੀ ਬਹੁਤ ਸੋਹਣਾ ਕੰਮ ਕੀਤਾ ਦੋਨਾਂ ਫੋਨਾਂ ਨੇ ਇਹਨੂੰ ਬਹੁਤ ਘੈਂਟ ਲੱਗਿਆ ਤੇ ਕਹਾਣੀ ਬਦਲਦੀ ਆ 3x ਤੇ 5x ਤੇ ਜਾ ਕੇ ਕਿਉਂਕਿ ਇੱਕ ਫੋਨ ਦੇ ਵਿੱਚ 3x ਆਪਟੀਕਲ ਜ਼ੂਮ ਲੈਂਸ ਲੱਗਿਆ ਹੋਇਆ ਤੇ ਦੂਜੇ ਦੇ ਵਿੱਚ 5x ਲੱਗਿਆ ਹੋਇਆ ਦੋਨੇ ਹੁਣ ਵਧੀਆ ਫੋਟੋ ਨੂੰ ਖਿੱਚਦੇ ਆ ਪਰ ਜਿਹੜਾ 5x ਆ ਉਹਦਾ ਬੈਕਗ੍ਰਾਉਂਡ ਬਲਰ ਜ਼ਿਆਦਾ ਘੈਂਟ ਲੱਗਦਾ 3x ਨਾਲੋਂ 5x ਦੇ ਵਿੱਚ ਜਿਹੜਾ ਡੈਕ depth ਆਫ ਫੀਲਡ ਜਿਹਾ ਆਉਂਦਾ ਹੁੰਦਾ ਨਾ ਬੁਕੇ ਇਫੈਕਟ ਜਿਹਾ ਉਹ ਬਹੁਤ ਜ਼ਿਆਦਾ ਘੈਂਟ ਆ ਮ ਸਕੇਮਰੇ ਵਰਗਾ ਤੇ ਦੂਜੀ ਗੱਲ ਜਿਹੜੀ ਐਜਿ ਡਿਟੈਕਸ਼ਨ ਆ ਮੇਰੇ ਹਿਸਾਬ ਨਾਲ 5x ਜਿਆਦਾ ਘੈਂਟ ਚੱਕਦਾ ਜਦੋਂ ਆਪਾਂ ਜ਼ੂਮ ਕਰਕੇ ਦੇਖਦੇ ਆਂ ਦਾੜੀ ਦੇ ਆਦੇ ਵਾਲ ਬੜੇ ਘੈਂਟ ਆਈਫੋਨ ਨੇ ਚੱਕੇ ਆ ਤੇ ਜੇ ਉੱਥੇ ਗੱਲ ਕਰ ਲਈ ਸੈਮਸੰਗ ਦੀ ਸੈਮਸੰਗ ਨੇ ਵਿੱਚ ਹੀ ਆਦੇ ਰਲਾਜੇ ਦਿੱਤਾ ਸਾਰਾ ਕੰਮ ਹਣਾ ਸੋ ਮੇਰੇ ਹਿਸਾਬ ਨਾਲ 5x ਜ਼ੂਮ ਲੈਂਦਾ ਜਿਹੜਾ ਹੁਣ ਥੋੜੀ ਆਪ ਦੀ ਮਰਜ਼ੀ ਹੋ ਸਕਦੀ ਹੋ ਸਕਦਾ ਤੁਹਾਨੂੰ 3x ਵਧੀਆ ਲੱਗੇ ਜਿਹੜਾ 5x ਹੈ ਉਹ ਜਿਆਦਾ ਨੇਚਰਲ ਤੇ ਜਿਆਦਾ ਘੈਂਟ ਐਜਿਟ ਡਿਟੈਕਸ਼ਨ ਤੇ ਜਿਆਦਾ ਘੈਂਟ ਬੈਕਗ੍ਰਾਉਂਡ ਬਲਰ ਦਿੰਦਾ ਤੇ ਜੇ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਸੀ ਕਿ 10x ਨਾਲੋਂ 5x ਜਿਆਦਾ ਕੰਮ ਆਉਂਦਾ ਸੋ 5x ਦੇ ਵਿੱਚ ਤੁਸੀਂ ਬਿਨਾ ਪੋਰਟਰੇਟ ਤੋਂ ਹੀ ਫੋਟੋ ਖਿੱਚੋਗੇ ਨਾ ਉਹ ਬਹੁਤ ਜਿਆਦਾ ਘੈਂਟ ਹੁੰਦੀ ਹੈ ਕਿ ਡੈਪਥ ਆਫ ਫੀਲਡ ਜੇ ਬਣ ਜਾਂਦਾ ਹਨਾ ਬੈਕਗ੍ਰਾਉਂਡ ਬਲਰ ਜੇ ਇੱਕ ਬੁੱਕੇ ਇਫੈਕਟ ਆ ਜਾਂਦਾ ਉਹ ਘੈਂਟ ਚੀਜ਼ ਬਣ ਜਾਂਦੀ ਹੈ ਤੇ ਅਗਲੀ ਗੱਲ ਕਰ ਲਈ ਜਿਹੜੇ ਕਲਰ ਆ Samsung ਦੇ ਜਿਆਦੇ ਘੈਂਟ ਲੱਗੇ ব্যাকਗਰਾਉਂਡ ਬਲਰ ਆ ਜਿਹੜਾ ਉਹ iPhone ਦਾ ਜਿਆਦੇ ਘੈਂਟ ਲੱਗਿਆ ਸੋ ਬਾਕੀ ਤੁਸੀਂ ਦੇਖ ਲਓ ਤੁਸੀਂ ਹਿਸਾਬ-ਕਤਾਬ ਲਾ ਕੇ ਮੈਨੂੰ ਮਤਲਬ ਥੋੜੇ ਫੋਟੋਆਂ ਬੈਲੈਂਸ ਦੀਆਂ ਲੱਕੀਆਂ ਪਰ ਆ ਜਿਹੜਾ ਆਪਣਾ ਖੜਾ ਮਨੋੱਖ ਜਿਹਾ ਇਹਦੇ ਜਿਹੜੇ ਕਲਰ ਆ ਉਹ Samsung ਨੇ ਜਿਆਦੇ ਘੈਂਟ ਕੈਪਚਰ ਕੀਤੇ ਆ ਸੋਹਣੇ ਲੱਗਦੇ ਆ ਤੇ ਉਦਾਂ ਵੀ ਜਿਆਦੇ ਮਤਲਬ ਵਧੀਆ ਜੀ ਲੁੱਕ ਆਉਂਦੀ ਆ ਸੋ ਲੋ ਲਾਈਟ ਪ੍ਰਾਈਮ ਦੀ ਗੱਲ ਕਰੀਏ ਤਾਂ ਸਕ੍ਰੀਨਾਂ ਜਗਾ ਕੇ ਮੈਂ ਫੋਟੋ ਖਿੱਚੀ ਸੀਗੀ ਸੋ ਇੱਥੇ ਮੇਰੇ ਹਿਸਾਬ ਨਾਲ ਆਈਫੋਨ ਨੇ ਜ਼ਿਆਦਾ ਕੈਂਟ ਕੰਮ ਕੀਤਾ ਜਦੋਂ ਆਪਾਂ ਵੱਡੀ ਡਿਸਪਲੇ ਨੂੰ ਦੇਖਦੇ ਆ ਆਈਫੋਨ ਨੇ ਜਿਹੜੇ ਕਲਰ ਕੈਪਚਰ ਕੀਤੇ ਚਾਹੇ ਡਿਸਪਲੇ ਨੂੰ ਕੈਪਚਰ ਕੀਤਾ ਉਹ ਜ਼ਿਆਦਾ ਕੈਂਟ ਆ Samsung ਨਾਲੋਂ ਤੇ ਮੈਕਬੁੱਕ ਦੀ ਵੀ ਆਪਾਂ ਡਿਸਪਲੇ ਦੇਖੀਏ ਤਾਂ ਆਈਫੋਨ ਦੀ ਜਿਹੜੀ ਉਹ ਥੋੜੀ ਜਿਹੀ ਉਹਨੇ ਆਈਫੋਨ ਨੇ ਕਲਰ ਨੂੰ ਬੈਲੈਂਸ ਕੀਤਾ ਜਿਆਦੇ ਜਿਹੜੇ ਚਮਕ ਰਹੇ ਸੀਗੇ ਹਨਾ Samsung ਨੇ ਉਵੇਂ ਹੀ ਚਮਕੀਲੇ ਜਿਹੇ ਦਿਖਾਤੇ ਆ ਸੋ ਇਹ ਫਰਕ ਆ ਬਾਕੀ ਉਦਾਂ ਜਿਹੜਾ ਹੋਰ ਮੇਜ ਤੇ ਸਮਾਨ ਪਿਆ ਉਹ ਮੇਰੇ ਹਿਸਾਬ ਨਾਲ Samsung ਨੇ ਜ਼ਿਆਦਾ ਕੈਂਟ ਕੈਪਚਰ ਪ੍ਰਾਈਮ ਲੈਂਸ ਨਾਲ ਨਾਈਟ ਸ਼ਾਟ ਦੀ ਤਾਂ ਨਾਈਟ ਸ਼ਾਟ ਦੇ ਵਿੱਚ ਦੋਨਾਂ ਹੁਣਾਂ ਨੇ ਵਧੀਆ ਕੰਮ ਕੀਤਾ ਪਰ ਮੇਰੇ ਸਾਬ ਨਾਲ ਆਈਫੋਨ ਨੇ ਜਾਦੇ ਫੋਟੋ ਨੂੰ ਥੋੜਾ ਜਿਹਾ ਬ੍ਰਾਈਟ ਕੀਤਾ ਸੈਮਸੰਗ ਨੇ ਬੈਲੈਂਸ ਜਿਆ ਰੱਖਿਆ ਕੰਮ ਹੋ ਸਕਦਾ ਤੁਹਾਨੂੰ ਸੈਮਸੰਗ ਵਾਲੀ ਵਧੀਆ ਲੱਗੇ ਮੈਨੂੰ ਇੱਥੇ ਆਈਫੋਨ ਵਾਲੀ ਫੋਟੋ ਜ਼ਿਆਦਾ ਕੈਂਟ ਲੱਗੀ ਆ ਥੋੜੀ ਜੀ ਤੇ ਪਰ ਆਈਫੋਨ ਦੇ ਜਿਹੜੀ ਸੜਕਾਂ ਨੇ ਆਈਫੋਨ ਵਾਲੀ ਫੋਟੋ ਦੇ ਵਿੱਚ ਉੱਥੇ ਉਹਨੇ ਕਮਣਾ ਮਤਲਬ ਉੱਥੇ ਵੀ ਹਰੇ ਬਾਈ ਜੀ ਚੜ ਗਈ ਹੈ ਇਹ ਨਹੀਂ ਪਤਾ ਕਿਉਂ ਸੜਕਾਂ ਅਸਲ 'ਚ ਹੈ ਨਹੀਂ ਸੀ ਇਤਾਂ ਦਾ ਰੰਗ ਉਦਾਂ ਵੈਸੇ ਫੋਟੋ ਦੋਨਾਂ ਹੋਣਾਂ ਦੀ ਘੈਂਟ ਆ ਇੱਥੇ ਬਾਬਿਓ ਕਹਾਣੀ ਕਾਫੀ ਬਦਲ ਜਾਂਦੀ ਹੈ ਇੱਥੇ ਬਿਲਕੁਲ ਨੇਰਾ ਸੀਗਾ ਜਦੋਂ ਮੈਂ ਫੋਟੋ ਖਿੱਚੀ ਆ ਸੜਕ ਤੇ ਜਰੂਰ ਲਾਈਟਾਂ ਜਗ ਰਹੀਆਂ ਸੀ ਪਾਰਕ ਦੇ ਵਿੱਚ ਕੋਈ ਵੀ ਲਾਈਟ ਨਹੀਂ ਜਗ ਰਹੀ ਐ ਕੋਈ ਜਿਹੜੀ ਵਿਚਾਰੇ ਤੁਹਾਨੂੰ ਜਗਦੀ ਦਿਸਦੀ ਹੋਗੀ ਉਹ ਹਨਾ ਉਸ ਤੋਂ ਬਿਨਾ ਹੋਰ ਕੋਈ ਲਾਈਟ ਨਹੀਂ ਸੀਗੀ ਆ ਫੋਨਾਂ ਤੋਂ ਬਿਨਾ ਮੈਂ ਜੇ ਨੰਗੀ ਅੱਖ ਦੀ ਗੱਲ ਕਰਾਂ ਕੁਝ ਨਹੀਂ ਹੀ ਦਿ ਜਿਹੜਾ ਉਪਰੋ ਅਸਮਾਨ ਆ ਉਹ ਜਾਦੇ ਵਧੀਆ ਬੈਲੈਂਸ ਕੀਤਾ ਤੇ Samsung ਵਾਲੇ ਫੋਨ ਨੇ ਜਿਹੜੀ ਸੜਕ ਆ ਉਹ ਜਿਆਦਾ ਵਧੀਆ ਬੈਲੈਂਸ ਕੀਤਾ ਮਤਲਬ ਸੜਕ ਦਾ ਰੰਗ ਇੱਦਾਂ ਲਾਲੀ ਜੀ ਚ ਹੀ ਦਿਖ ਰਿਹਾ ਸੀਗਾ ਜਿਵੇਂ ਆਈਫੋਨ ਨੇ ਹਰਾ ਜਿਹਾ ਦਿਖਾਇਆ ਐਵੇਂ ਦਾ ਹੈ ਨਹੀਂ ਸੀ ਹਨਾ ਤੇ ਬਾਕੀ ਓਦਾਂ ਦੋਨਾਂ ਹੁਣਾਂ ਨੇ ਤਕਰੀਬਨ ਤਕਰੀਬਨ ਇੱਕੋ ਜਿਹਾ ਕੰਮ ਕੀਤਾ ਆਈਫੋਨ ਦੀ ਫੋਟੋ ਥੋੜੀ ਜਿਹੀ ਬ੍ਰਾਈਟ ਲੱਗਦੀ ਆ ਪਰ ਅਸਮਾਨ ਆਈਫੋਨ ਨੇ ਬਹੁਤ ਸੋਹਣਾ ਕੈਪਚਰ ਕੀਤਾ ਬਹੁਤ ਸੋਹਣਾ ਮਤਲਬ ਚਾਹੇ ਉਹ ਪੋਸਟ ਪ੍ਰੋਸੈਸਿੰਗ ਚ ਲਾ ਲਓ ਚਾਹੇ ਫੋਟੋ ਖਿਚਣ ਤੋਂ ਬਾਅਦ ਜਿਹੜੀ ਇਮੇਜ ਪ੍ਰੋਸੈਸਿੰਗ ਹੁੰਦੀ ਆ ਚਾਹੇ ਆਈਫੋਨ ਨੇ ਟਾਈਮ ਬਦਲ ਲੈ ਲੈ ਵੈਸੇ ਤਾਂ ਦੋਨਾਂ ਫੋਨਾਂ ਨੇ ਸੋ ਲੋ ਜੀ ਅਲਟਰਾ ਵਾਈਡ ਇੱਕ ਨਾਈਟ ਸ਼ਾਟ ਦੀ ਗੱਲ ਕਰ ਲਈਏ ਤਾਂ ਉੱਥੇ ਮੈਨੂੰ Samsung ਦੀ ਫੋਟੋ ਬਹੁਤ ਜ਼ਿਆਦਾ ਘੈਂਟ ਲੱਗੀ ਚਾਹੀਏ ਜਾਂ ਜਿਹੜਾ ਸਾਈਡ ਤੇ ਘਾਬ ਆ ਉਹਦੀ ਗੱਲ ਹੋਵੇ ਜਾਂ ਫਿਰ ਓਵਰਆਲ ਫੋਟੋ ਦੀ ਬ੍ਰਾਈਟਨੈਸ ਦੀ ਗੱਲ ਹੋਵੇ Samsung ਨੇ ਵਧੀਆ ਬ੍ਰਾਈਟ ਫੋਟੋ ਕੈਪਚਰ ਕੀਤੀ ਹੈ ਰਾਤ ਨੂੰ ਵੀ iPhone ਨੇ ਉੱਥੇ ਰਲਿਆ ਮਿਲਿਆ ਜਿਹਾ ਕੰਮ ਕੀਤਾ iPhone ਦੀ ਫੋਟੋ ਮੈਨੂੰ ਇੰਡੀ ਕੋਈ ਵਧੀਆ ਨਹੀਂ ਲੱਗੀ ਪਰ ਜ਼ੂਮ ਲੈਂਸ ਦੇ ਵਿੱਚ iPhone ਦੀ ਫੋਟੋ ਬਹੁਤ ਜ਼ਿਆਦਾ ਘੈਂਟ ਆ ਚਾਹੀਏ ਨੇ 5x Samsung ਨੇ ਜ਼ੂਮ ਜ਼ਰੂਰ ਜ਼ਿਆਦਾ ਕੀਤਾ 10x ਤੱਕ ਪਰ ਉਹ ਦੂਮ ਜਿਹੜਾ ਵਰਤੋਂ ਯੋਗ ਨਹੀਂ ਹੈਗਾ ਕਿਸੇ ਕੰਮ ਦਾ ਨਹੀਂ ਹੈਗਾ ਨਾ ਆਈਫੋਨ ਨੇ ਵਧੀਆ ਜ਼ੂਮ ਵੀ ਕੈਪਚਰ ਕੀਤਾ ਮਗਰ ਜਿਹੜੇ ਅਸਮਾਨ ਦੇ ਵਿੱਚ ਤਾਰੇ ਸੀਗੇ ਉਹ ਵੀ ਬਹੁਤ ਸੋਹਣੇ ਕੈਪਚਰ ਕੀਤੇ ਆ ਜਿਹੜੀ ਚੀਜ਼ ਦੀ ਫੋਟੋ ਖਿੱਚੀ ਸੀਗੀ ਜਿੰਨੀ ਕੁ ਡਿਟੇਲ ਦੀ ਆਪ ਨੂੰ ਮਿਲ ਗਈ ਆ ਹਨਾ ਹਾਲਾਂਕਿ ਸੈਮਸੰਗ ਨੇ ਜ਼ੂਮ ਜ਼ਰੂਰ ਜ਼ਿਆਦਾ ਕੀਤਾ ਪਰ ਉਹ ਜ਼ੂਮ ਵੀ ਕਿਸੇ ਕੰਮ ਦਾ ਨਹੀਂ ਜ਼ਰੂਰ ਕੋਈ ਜਿਹੜੀ ਚੀਜ਼ ਦੀ ਆਪਾਂ ਫੋਟੋ ਖਿੱਚੀ ਆ ਉਹੀ ਨਾ ਵਧੀਆ ਹੋਵੇ ਸੋ ਅਗਲੀ ਚੀਜ਼ ਆ ਜਾਂਦੀ ਆ ਬਾਬੇ ਉਹ 셀ਫੀ ਦੀ ਤਾਂ 셀ਫੀ ਦੇ ਵਿੱਚ ਦੋਨਾਂ ਫੋਨਾਂ ਨੇ ਤਕਰੀਬਨ ਤਕਰੀਬਨ ਇੱਕੋ ਜਿਹਾ ਕੰਮ ਕੀਤਾ ਮੈਨੂੰ ਕੋਈ ਮਤਲਬ ਇੱਕਦਾ ਹੁੰਦਾ ਨਾ 19 21 ਦਾ ਫਰਕ ਮੈਨੂੰ ਇੱਥੇ 19 21 ਦਾ ਵੀ ਫਰਕ ਨਹੀਂ ਲੱਗਿਆ ਐਂ ਲੱਗਦਾ ਵੀ ਇੱਕ ਫੋਨ ਵਾਲੀ ਦੋਨੇ ਫੋਟੋਆਂ ਖਿੱਚੀਆਂ ਹੋਈਆਂ ਨੇ ਪਰ ਮਤਲਬ ਸੋਹਣੀ ਫੋਟੋ ਖਿੱਚੀਆ ਦੋਨਾਂ ਫੋਨਾਂ ਨੇ ਜਿਹੜੀ ਨਾਰਮਲ ਇੱਕ ਸੈਲਫੀ ਹੁੰਦੀ ਆ ਉਹਦੇ ਵਿੱਚ ਦੋਨਾਂ ਫੋਨਾਂ ਨੇ ਇੱਕੋ ਜਿਹਾ ਕੰਮ ਕੀਤਾ ਪਰ ਜੋ ਸੈਲਫੀ ਆਪਾਂ ਪੋਰਟਰੇਟ ਤੇ ਜਾਂਦੇ ਆ ਉੱਥੇ ਥੋੜਾ ਜਿਹਾ ਫਰਕ ਆਉਂਦਾ ਉੱਥੇ ਆਈਫੋਨ ਦੀ ਜਿਹੜੀ ਫੋਟੋ ਆ ਉਹ ਜ਼ਿਆਦਾ ਨੇਚਰਲ ਲੱਗਦੀ ਆ ਸੈਮਸੰਗ ਨਾਲੋਂ ਸੈਮਸੰਗ ਨੇ ਜਿਹੜੀ ਚਮੜੀ ਦਾ ਰੰਗ ਆ ਉਹ ਥੋੜਾ ਜਿਹਾ ਪੀਲਾ ਜਿਹਾ ਕਰਤਾ ਤੇ ਬਾਕੀ ਹੋਰ ਕੋਈ ਫਰਕ ਨਹੀਂ ਬਾਕੀ ਦੋਨਾਂ ਨੇ ਐਜਿ ਡਿਟੈਕਸ਼ਨ ਤਕਰੀਬਨ ਤਕਰੀਬਨ ਇੱਕੋ ਜਿਹੀ ਕੀਤੀ ਆ ਆਈਫੋਨ ਦੇ ਕਿਤੇ ਕਿਤੇ ਲੱਗਿਆ ਕਿ ਵਾਲ ਲੈਣੇ ਦਾੜੀ ਤੇ ਵਧੀਆ ਕੈਪਚਰ ਕੀਤੇ ਆ ਪਰ ਬਾਕੀ ਜਿਹੜਾ ਪਰਨੇ ਦੀ ਗੱਲ ਹੋ ਗਏ ਚਾਹੇ ਟੀ-ਸ਼ਰਟ ਦੀ ਗੱਲ ਹੋ ਗਈ ਦੋਨਾਂ ਫੋਨਾਂ ਨੇ ਇੱਕੋ ਜਿਹਾ ਕੰਮ ਕੀਤਾ ਹਨਾ ਨਾਈਟ ਸੈਲਫੀ ਦੀ ਗੱਲ ਕਰ ਲਈਏ ਤਾਂ ਉੱਥੇ ਆਈਫੋਨ ਨੇ ਥੋੜਾ ਜਿਹਾ ਰੰਗ ਲਾਲੀ ਜੀ ਚ ਕਰਤਾ ਜਾਦੇ ਸੈਮਸੰਗ ਨੇ ਥੋੜਾ ਜਿਹਾ ਨੇਚਰਲ ਜਿਹਾ ਰੱਖਿਆ ਤੇ ਤਕਰੀਬਨ ਮੈਨੂੰ ਇੰਨਾ ਕੀ ਫਰਕ ਲੱਗਿਆ ਬਾਕੀ ਸੈਮਸੰਗ ਦੀ ਫੋਟੋ ਕਿਤੇ ਲੱਗਿਆ ਕਿ ਥੋੜੀ ਜੀ ਬਾਬੇ ਕੋਈ ਫਰਕ ਨਹੀਂ ਹੈਗਾ ਦੋਨਾਂ ਫੋਟੋਆਂ ਦੇ ਵਿੱਚ ਵਧੀਆ ਕੈਪਚਰ ਕੀਤਾ ਥੋੜੀ ਪਸੰਦ ਹੋਦਾ ਤੇ ਤੁਹਾਨੂੰ ਹੋ ਸਕਦਾ ਆਈਫੋਨ ਵਾਲੀ ਜਿਆਦਾ ਵਧੀਆ ਲੱਗੇ ਮੈਨੂੰ Samsung ਵਾਲੀ ਥੋੜੀ ਜੀ ਜਿਆਦਾ ਵਧੀਆ ਲੱਗੀ ਆ ਤੇ ਸੋ ਇਹ ਸੀਗਾ ਫੋਟੋਆਂ ਦਾ ਬਾਬੇ ਹਿਸਾਬ ਕਿਤਾਬ ਤੁਹਾਨੂੰ ਕਿਵੇਂ ਲੱਗਿਆ ਉਹ ਤੁਸੀਂ ਆਪ ਦਾ ਅੰਦਾਜ਼ਾ ਲਾ ਲਿਓ ਸੋ ਹੁਣ ਆਪਾਂ ਸਮਝ ਵਿੱਚ ਆ ਗਈ ਹੋਊਗੀ ਤੇ ਹੁਣ ਬਾਬੇ ਉਹ ਨਾਈਟ ਵੀਡੀਓ ਦੀ ਗੱਲ ਕਰਦੇ ਆ ਤੇ ਨਾਈਟ ਵੀਡੀਓ ਦੇ ਵਿੱਚ Samsung ਨੇ ਪਤਾ ਨਹੀਂ ਲਾਲੀਜੀ ਚ ਕੀਤਾ ਕੰਮ ਪਤਾ ਨਹੀਂ ਕੀ ਚੱਕਰ ਆ ਤੇ iPhone ਨੇ ਥੋੜਾ ਜਿਹਾ ਕਲੀਅਰ ਜਿਹਾ ਰੱਖਿਆ ਜਿੱਦਾਂ ਦਾ ਦਿਖ ਰਿਹਾ ਸੀਗਾ ਉਦਾਂ ਦੀ ਵੀਡੀਓ ਕੈਪਚਰ ਕੀਤੀ ਆ ਤੇ iPhone ਦੀ ਵੀਡੀਓ ਠੀਕ ਆ ਘੈਂਟ ਆ ਬ੍ਰਾਈਟ ਆ ਥੋੜੀ ਜੀ Samsung ਨਾਲੋਂ ਤੇ Samsung ਨੇ ਥੋੜਾ ਜਿਹਾ ਕੰਮ ਮਤਲਬ ਕਾਲਾ ਮਾਲਾ ਇੱਕ ਦੇ ਇੱਕ ਤੇ ਕਰ ਦਿੰਦਾ ਇਹ ਫਰੰਟ ਕੈਮਰੇ ਦੀ ਆਪਾਂ ਨਾਈਟ ਵੀਡੀਓ ਦੀ ਗੱਲ ਕਰ ਲਈਦਾ ਫਰੰਟ ਕੈਮਰੇ ਦੇ ਵਿੱਚ ਵੀ ਦੋਨਾਂ ਨੇ ਠੀਕ ਠੀਕ ਕੰਮ ਕੀਤਾ Samsung ਵਾਲੀ ਥੋੜੀ ਜੀ ਉਹੀ ਡਾਰਕ ਜੀ ਆ iPhone ਵਾਲੀ ਥੋੜੀ ਜੀ ਜ਼ਿਆਦਾ ਬ੍ਰਾਈਟ ਆ ਇੰਨਾ ਹੀ ਫਰਕ ਆ ਬਾਕੀ ਸਟੇਬਿਲਿਟੀ ਇਕੋ ਜਿਹੀ ਲੱਗੀ ਨੌਇਸ ਵੀ ਮੈਨੂੰ ਤਕਰੀਬਨ ਤਕਰੀਬਨ ਇਕੋ ਜਿਹੀ ਲੱਗੀ ਬਾਕੀ ਆਈਫੋਨ ਦੀ ਵੀਡੀਓ ਵਾਈਡ ਜ਼ਰੂਰ ਆ ਥੋੜੀ ਜੀ ਸੋ ਬਾਬੇ ਹੁਣ ਆਪਾਂ ਆਊਟ ਆਫ ਫੋਕਸ ਦੀ ਗੱਲ ਕਰ ਲਈਏ ਤਾਂ ਦੋਨੇ ਫੋਨ ਵਧੀਆ ਆਟੋ ਫੋਕਸ ਕਰਦੇ ਆ ਆ ਪਹਿਲੀ ਆਪਾਂ ਵੀਡੀਓ ਸੈਮਸੰਗ ਦੀ ਤੁਸੀਂ ਦੇਖ ਰਹੇ ਆ ਇਹਦੇ ਵਿੱਚ ਮੈਂ ਨੇੜੇ ਚੀਜ਼ੇ ਰੱਖੀ ਸੀਗੀ ਉਹਦੇ ਅੱਗੇ ਹੱਥ ਕਰਦਾ ਜਦੋਂ ਹਨਾ ਤੇ ਸੈਮਸੰਗ ਦਾ ਫੋਨ ਜਦੀ ਫੋਕਸ ਕਰ ਲੈਂਦਾ ਤੇ ਫੋਕਸ ਇਹ ਨਹੀਂ ਹੈਗਾ ਵੀ ਉਸ ਤੋਂ ਬਾਅਦ ਕਿਤੇ ਹੋਰ ਸਵਿਚ ਕਰਦਾ ਜਾਂ ਇੱਧਰ ਉੱਧਰ ਜਾਂਦਾ ਫੋਕਸ ਬਹੁਤ ਵਧੀਆ ਕਰਦਾ ਤੇ ਬਾਕੀ ਤੁਸੀਂ ਆਪ ਦੇਖ ਲਓ ਮੈਂ ਟੱਚ ਕਰਕੇ ਵੀ ਦੇਖਿਆ ਸੀਗਾ ਡਿਸਪਲੇ ਤੇ ਫੋਕਸ ਬਦਲ ਕੇ ਮਗਰ ਲਿਕਾਂਦ ਤੇ ਫਿਰ ਟਰੈਕਟਰ ਤੇ ਫਿਰ ਗੱਡੀ ਤੇ ਹਨਾ ਬਹੁਤ ਸੋਹਣਾ ਫੋਕਸ ਕਰਦਾ ਤੇ ਸੋ ਇਹ ਸੀ Samsung ਦੀ ਵੀਡੀਓ ਹੁਣ ਆਪਾਂ ਅਗਲੀ iPhone ਦੀ ਦੇਖਦੇ ਹਾਂ ਤੇ iPhone ਦੀ ਵੀਡੀਓ ਦੇ ਵਿੱਚ ਬਾਬੇ iPhone ਦਾ ਜਿਹੜਾ ਫੋਕਸ ਆ ਥੋੜਾ ਜਿਆ ਮੈਨੂੰ ਜਿਆਦਾ ਸੌਫਟ ਲੱਗਿਆ ਮਤਲਬ Samsung ਨਾਲ ਨਾਲ Samsung ਜਿਵੇਂ ਇੱਕੇ ਦਾ ਵੀ ਮਾਰਦਾ ਸੀਗਾ ਅੱਗੇ ਪਿੱਛੇ ਚੱਕ ਕੇ iPhone ਦਾ ਪਤਾ ਜਾਂ ਨਹੀਂ ਲੱਗਦਾ ਕਿ ਹੁਣ ਉਹ ਫੋਕਸ ਸ਼ਿਫਟ ਕਰ ਰਿਹਾ ਹੁਣ ਉਹ ਫੋਕਸ ਅੱਗੇ ਕਰ ਰਿਹਾ ਹੁਣ ਪਿੱਛੇ ਕਰ ਰਿਹਾ ਹਨਾ ਮੈਂ ਪੂਰਾ ਤੇਜੀ ਨਾਲ ਵੀ ਹੱਥ ਲਿਆ ਸੀਗਾ ਹੱਥ ਲਿਆ ਕੇ ਫਿਰ ਇੱਕੇ ਦਾਮ ਚੱਕ ਲਿਆ ਰੈਟ ਮੂਵ ਕੀਤਾ ਸੋ ਸਾਰੀਆਂ ਚੀਜ਼ਾਂ ਕਰਕੇ ਦੇਖੀਆਂ ਨੇ ਪਰ ਆਈਫੋਨ ਦਾ ਫੋਕਸ ਥੋੜਾ ਜਿਆਦਾ ਸੌਫਟ ਆ ਸੈਮਸੰਗ ਨਾਲੋਂ ਸੋ ਇੱਕ ਫੀਚਰ ਬਾਬੇ ਜਿਹੜਾ ਦੋਨਾਂ ਫੋਨਾਂ ਦੇ ਵਿੱਚ ਅਡੋ-ਅਡੀ ਮਿਲਦਾ ਮਤਲਬ ਜਿਹੜਾ ਸੈਮਸੰਗ ਦੇ ਵਿੱਚ ਮਿਲਦਾ ਵਾਈਫੋਨ ਚ ਨਹੀਂ ਮਿਲਦਾ ਜਿਹੜਾ ਆਈਫੋਨ ਚ ਮਿਲਦਾ ਉਹ ਸੈਮਸੰਗ ਨਹੀਂ ਮਿਲਦਾ ਉਹ ਹੈਗਾ ਵਾ ਸੈਮਸੰਗ ਦਾ 8K 30 FPS ਵਾਲਾ ਫੀਚਰ ਤੇ ਆਈਫੋਨ ਦਾ ਜਿਹੜਾ ਲੌਗ ਪ੍ਰੋਫਾਈਲ ਵਾਲਾ ਫੀਚਰ ਆ ਪ੍ਰੋ ਰੈਸ ਵਾਲਾ ਹਨਾ ਸੋ ਪਰੋਗਰੈਸ ਦੇ ਵਿੱਚ ਤੁਸੀਂ ਫੋਨ 'ਚ ਸ਼ੂਟ ਕਰਨੀ ਆ ਲੌਗ ਪ੍ਰੋਫਾਈਲ ਤਾਂ ਤੁਹਾਨੂੰ 30 fps ਹੀ ਮਿਲਣਗੇ ਜੇ ਤੁਸੀਂ ਐਕਸਟਰਨਲ ਕੋਈ ਲਾ ਲੈਨੇ ਆਪਦੀ ਸਟੋਰੇਜ ਹਨਾ ਫਿਰ ਤੁਹਾਨੂੰ 60 fps ਵੀ ਮਿਲ ਜਾਣਗੇ ਤੇ ਜਿਹੜਾ ਸੈਮਸੰਗ ਆ ਉਹਦੇ ਵਿੱਚ ਤੁਸੀਂ 8K 30 fps ਮੈਕਸਿਮਮ ਸ਼ੂਟ ਕਰ ਸਕਦੇ ਆ ਸੋ ਦੋਨਾਂ ਫੋਨਾਂ ਦੇ ਦੋਨੋਂ ਚੀਜ਼ਾਂ ਦੇ ਐਡ-ਆੜੀ ਫਾਇਦੇ ਆ ਤੁਸੀਂ ਦੱਸ ਦੋ ਤੁਹਾਨੂੰ ਕਿਹੜਾ ਕੈਮਰਾ ਵਧੀਆ ਲੱਗਿਆ ਕਿਹੜਾ ਕੈਮਰਾ ਕਿਵੇਂ ਲੱਗਿਆ ਕਿਹੜੇ ਫੋਨ ਦੀ ਮਤਲਬ ਤੁਹਾਨੂੰ ਡਿਟੇਲਿੰਗ ਜ਼ਿਆਦਾ ਕਿਹੜੇ 'ਤੇ ਲੱਗੀ ਫੋਟੋ ਦੇ ਵਿੱਚ ਮੈਨੂੰ ਬੈਲੈਂਸ ਜਿਆ ਲੱਗਿਆ ਕੰਮ ਡਾਇਨਾਮਿਕ ਰੇਂਜ ਥੋੜੀ ਜੀ Samsung ਦੀ ਜ਼ਿਆਦਾ ਕਿਹੜੇ 'ਤੇ ਲੱਗੀ ਫੋਟੋ ਦੇ ਵਿੱਚ ਹਨਾ ਵੀਡੀਓ ਦੇ ਵਿੱਚ iPhone ਕਲੀਅਰਲੀ ਮਤਲਬ ਅੱਗੇ ਆ ਬਹੁਤ ਜ਼ਿਆਦਾ ਫਰਕ ਨਾਲ ਕਿਉਂਕਿ ਵੀਡੀਓ ਦੇ ਵਿੱਚ ਜਿਹੜੀ ਇੱਕ ਡਾਇਨਾਮਿਕ ਰੇਂਜ ਹੁੰਦੀ ਹੈ ਕਲਰ ਸ਼ਿਫਟ ਹੁੰਦਾ ਹਨਾ ਉਹ ਸਾਰੀਆਂ ਚੀਜ਼ਾਂ ਨੂੰ ਆਈਫੋਨ ਬੜਾ ਬੈਲੈਂਸ ਜਿਹਾ ਕਰਕੇ ਰੱਖਦਾ ਤੇ ਪੋਰਟਰੇਟ ਦੇ ਵਿੱਚ ਵੀ ਮੈਨੂੰ ਆਈਫੋਨ ਦਾ ਕੰਮ ਘੈਂਟ ਲੱਗਿਆ ਚਾਹੇ ਉਹ ਵੀਡੀਓ ਦੀ ਗੱਲ ਹੋਵੇ ਚਾਹੇ ਫੋਟੋ ਦੀ ਗੱਲ ਹੋਵੇ ਸੋ ਇਹ ਸੀਗਾ ਬਾਬੇ ਉਹ ਨਿਚੋੜ ਆਈਫੋਨ 15 ਪ੍ਰੋ ਮੈਕਸ ਤੇ Samsung S23 Ultra ਦਾ ਤੁਹਾਨੂੰ ਕਿਵੇਂ ਲੱਗਿਆ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਤੇ ਆਪਣੇ ਵਿਚਾਰ ਜਰੂਰ ਦਿਓ ਮਿਲਦੇ ਆਂ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ